ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ। ਮੈਂ ਨਿਸ਼ਾਨ ਸਿੰਘ ਦਰਸ਼ਕੋ। ਸਿੱਖਾਂ ਦਾ ਰੱਬ ਆਪ ਹੀ ਰਖਵਾਲਾ ਹੈ। ਜੰਮੂ ਕਸ਼ਮੀਰ ਦੀ ਘਟਨਾ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ। ਨਵੇਂ ਦਰਸ਼ਕਾਂ ਨੂੰ ਬੇਨਤੀ ਹੈ ਕਿ ਲੋਕਾਂ ਦੀ ਆਵਾਜ਼ ਟੀਵੀ ਚੈਨਲ ਨੂੰ ਸਬਸਕ੍ਰਾਈਬ ਅਤੇ ਪੇਜ ਨੂੰ ਫਾਲੋ ਕਰਨਾ ਨਾ ਭੁੱਲਣਾ। ਸੋ ਦਰਸ਼ਕੋ, ਇਸ ਵੀਡੀਓ ਨੂੰ ਇੱਕ ਸ਼ੇਅਰ ਜ਼ਰੂਰ ਕਰ ਦਿਓ। ਇਸ ਸਿੱਖ ਵੀਰ ਦੀ ਘਟਨਾ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਕਿ ਸਾਡੇ ਵੀਰ ਸਿੱਖ ਇਸ ਦੇਸ਼ ਵਿੱਚ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਜੰਮੂ ਦੇ ਰਹਿਣ ਵਾਲੇ ਸਿੱਖ ਨੇ ਆਪਣੀ ਹੱਡਬੀਤੀ ਸੁਣਾਈ ਅਤੇ ਰੋ ਰੋ ਕੇ ਬੁਰਾ ਹਾਲ ਇਸ ਦਰਦਨਾਕ ਕਹਾਣੀ ਨੂੰ। ਦਰਸ਼ਕੋ, ਇੱਕ ਸ਼ੇਅਰ ਜ਼ਰੂਰ ਕਰੋ। ਆਓ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੰਦਰਜੀਤ ਸਿੰਘ ਖਾਲਸਾ, ਡਿਟੀ ਹੁਸ਼ਿਆਰਪੁਰ, ਪਿੰਡ ਹਰਸੀ ਪਿੰਡ ਟਾਂਡੇ ਰੋਡ ਮੁੜ ਦਾ ਰਹਿਣਾ ਭਾਈ ਸਾਹਿਬ ਜੀ। ਮੈਂ 1986 ਤੋਂ ਆਰਐਸਪੁਰਾ ਰੋਡ ਜੰਮੂ ਮੱਖਣ ਸਿੰਬਲ ਕੈਂਪ ਮੱਖਣਪੁਰ ਗੁਜਰਾਲਾ ਗਿਆਨੀ ਰਹਿ ਰਿਹਾ ਸੀ। ਮੈਂ ਇੱਥੇ ਗਿਆਨੀ ਤੇਜਾ ਸਿੰਘ ਲੜਕੀਆਂ ਮੈਰਿਜ ਕੀਤੀ ਭਾਈ ਸਾਹਿਬ ਜੀ। ਮੇਰਾ ਇੱਕ ਲੜਕਾ ਪ੍ਰਿਥੀਪਾਲ ਸਿੰਘ ਜੀ, ਜਿਹਨੇ ਜਸ਼ਕਰ ਜੌਹਰੀ ਨਿਸ਼ਾਰੇ ਪਿੰਡ ਭਰੇਰੀ ਸੰਤੋਖ ਸਿੰਘ ਲੜਕੀਆਂ ਮੈਰਿਜ ਕੀਤੀ ਹੈ ਭਾਈ ਸਾਹਿਬ ਜੀ। ਇਹ ਪਹਿਲੀ ਫੋਟੋ ਦੀ ਸਿੱਖ ਦੀ ਆ, ਦੂਜੀ ਫੋਟੋ ਜੋ ਸੁਣਤ ਕਰਕੇ ਮੁਸਲਮਾਨ ਬਣਾ ਕੇ ਜੇਲ੍ਹ 'ਚ ਠੋਕਿਆ ਗਿਆ ਉਦੋਂ ਦੀ ਭਾਈ ਸਾਹਿਬ ਜੀ। ਇਹ ਮੇਰੇ ਬੇਟੇ ਫੋਟੋ ਧਿਆਨ ਰੱਖਿਓ ਭਾਈ ਸਾਹਿਬ ਜੀ, ਇਹ ਪਹਿਲੀ ਸਿੱਖ ਦੀ ਆ ਭਾਈ ਜੀ। ਫੋਟੋ ਬੜੀਆਂ ਪੁਰਾਣੀਆਂ, ਮੇਰੇ ਤੋਂ ਫੋਟੋਆਂ ਨਹੀਂ ਇਹਦੀਆਂ, ਇਸ ਕਰਕੇ ਭਾਈ ਸਾਹਿਬ ਜੀ ਕਿਉਂਕਿ 16 ਸਾਲ ਤੋਂ ਮੈਨੂੰ ਉਹਨੇ ਮੇਰੇ ਬੱਚਿਆਂ ਨਾਲ ਮਿਲ ਨਹੀਂ ਦਿੱਤਾ ਇਹਨਾਂ ਨੇ ਭਾਈ ਸਾਹਿਬ ਜੀ। ਮੈਨੂੰ ਮੇਰੇ ਕਈ ਸੱਜਣ ਵੀਰ ਮੈਨੂੰ ਚੈਨਲ ਵਾਲੇ ਕਹਿੰਦੇ ਆਪਣਾ ਆਈਡੀ ਪਰੂਫ ਦਿਆ ਕਰ ਭਾਈ ਸਾਹਿਬ ਜੀ। ਮੇਰੇ ਤਾਂ ਆਈਡੀ ਪਰੂਫ ਸਿਰਫ ਮੇਰਾ ਵੋਟਰ ਕਾਰਡ ਆ ਪੰਜਾਬ ਦਾ, ਹੋਰ ਮੇਰੇ ਤੋਂ ਕੁਛ ਨਹੀਂ ਆ, ਕਿਉਂਕਿ ਮੇਰੇ ਸਾਰੇ ਮੈਂ ਆਧਾਰ ਕਾਰਡ ਬਣਨ ਵਾਸਤੇ ਦਿੱਤਾ ਇਹਨਾਂ ਨੂੰ ਬੜੀ ਵਾਰੀ। ਇੱਥੇ ਮੇਰਾ ਆਧਾਰ ਕਾਰਡ ਨਹੀਂ ਬਣ ਦਿੰਦੇ, ਇੱਥੇ ਤਾਂ ਹਿੰਦੂ ਕਹਿੰਦੇ ਇਹਨੂੰ ਬਿਲਕੁਲ ਆਈਡੀ ਪਰੂਫ ਨਾਲ ਕੋ ਬਣਾਉਂਦੇ ਹੋ, ਆਈਡੀ ਪਰੂਫ ਬਣਾ ਜਾਏਗਾ ਤਾਂ ਬੰਦੇ ਫਸ ਜਾਣਗੇ, ਇਹਨੂੰ ਆਈਡੀ ਪਰੂਫ ਨਾਲ ਬਣਾਉਂਦੇ ਹੋ। ਪਤਾ ਨਹੀਂ ਭਾਈ ਸਾਹਿਬ ਜੀ ਸਾਡੇ ਨਾਲ ਕੀ ਕਰਨਾ ਚਾਹੁੰਦੇ ਆ ਲੋਕ, ਕਿਉਂ ਨਹੀਂ ਗੱਲ ਕਰ ਦਿੰਦੇ ਆਈਡੀ ਪਰੂਫ, ਕਿਉਂ ਨਹੀਂ ਬਣਾ ਦਿੱਤਾ ਇਹਨਾਂ ਲੋਕਾਂ ਨੇ, ਇਹਨਾਂ ਕੀ ਕਰਨਾ ਜੀ। ਕਿਉਂਕਿ ਲੋਕ ਇਹ ਜਿਹੜੇ ਬੰਦੇ ਸੀ ਬਦਮਾਸ਼ ਪਾਰਟੀ ਸੀ, ਇਹ ਮੇਰੇ ਕੁੜਮ ਮੇਰੇ ਸਹੁਰੇ ਜਿਹੜੇ ਪਰਿਵਾਰ ਆ, ਮੇਰੇ ਸਾਲੀਆਂ ਸਾਂਢੂ, ਮੇਰੇ ਮਾਂ ਬਾਪ ਭੈਣਾਂ ਭਰਾ ਮਤਰੇ ਸੀ ਭਾਈ ਸਾਹਿਬ ਜੀ। ਮੇਰੇ ਮਾਂ ਬਾਪ ਭੈਣਾਂ ਭਰਾਵਾਂ ਨੇ ਰਲ ਕੇ, ਮੇਰੇ ਸਹੁਰਿਆਂ ਨੇ ਰਲ ਕੇ, ਇਹ ਇੱਥੇ ਦੇ ਹਿੰਦੂ ਆ, ਇਹਨਾਂ ਰਲ ਕੇ ਬਦਮਾਸ਼ ਪਾਰਟੀ ਕਿਉਂ ਮੇਰੇ ਬੱਚੇ ਦੀ ਸੁਣਤ ਕਰਾਈ ਭਾਈ ਸਾਹਿਬ ਜੀ। ਮੈਨੂੰ 16 ਸਾਲ ਤੋਂ ਇੱਥੇ ਭਾਈ ਸਾਹਿਬ ਜੀ ਮੀਰਾ ਸਾਹਿਬ ਮਾਰਕੀਟ ਆ ਆਰਐਸਪੁਰਾ ਰੋਡ 'ਤੇ ਜੰਮੂ ਸਤਵਾਰੀਓਂ ਆਰਐਸਪੁਰਾ ਰੋਡ ਆਉਂਦੀ ਆ, ਇੱਥੇ ਮੀਰਾ ਸਾਹਿਬ ਮਾਰਕੀਟ 'ਚ ਬੰਦ ਕੀਤਾ ਭਾਈ ਸਾਹਿਬ ਜੀ। ਇਹ ਮੈਂ 16 ਸਾਲ ਤੋਂ ਭਾਈ ਸਾਹਿਬ ਜੀ ਦੇਖੋ, ਇਹ ਛੋਟਾ ਜਿਹਾ ਕਾਊਂਟਰ ਆ ਕਿਹਦਾ, ਪਤਾ ਨਹੀਂ ਕਿਹਦਾ, ਕਿ ਚਾਹ ਚੂਹ ਵਾਲੇ ਦਾ ਕਿਹਦਾ ਆ। ਇਹ ਕਾਊਂਟਰ ਇਹਨਾਂ ਮੈਨੂੰ ਦਿੱਤਾ ਹੈ ਰਹਿਣ ਵਾਸਤੇ। ਇਹ ਦੇਖੋ, ਇੱਥੇ ਮੇਰੇ ਕੱਪੜੇ ਜਿਹੜਾ 'ਚ ਪਿਆ ਪੈਸਾ ਦੇਖੋ, ਇਹ 'ਚ ਮੇਰੇ ਕੋਲ ਪੈਸਾ ਬਿਸਤਰਾ ਕੋਈ ਨਹੀਂ ਹੈ। ਦੇਖੋ ਇਹ 2 ਚਾਦਰਾਂ ਮੇਰੇ ਕੋਲ, ਇਹ ਦੇਖੋ ਇਹਦੇ ਵਿੱਚ ਮੈਂ ਸੋਨਾ ਪੈ ਸਾਹਿਬ ਜੀ, 2 ਚਾਦਰਾਂ 'ਚ। ਇਹ ਤਾਂ ਮੈਨੂੰ ਇੰਨੀ ਠੰਡਾ ਬੁਰੀ ਹਾਲਤ ਆ ਮੇਰੀ ਪੈਸਾ ਜੀ, ਕੋਈ ਮੈਨੂੰ ਕੱਪੜਾ ਨਹੀਂ, ਲੀੜਾ ਨਹੀਂ। ਮੇਰੇ ਕੱਪੜੇ ਸਾਰੇ ਇੱਥੇ ਸਿੰਬਲ ਦੇ ਮੱਖਣ ਸਿੰਬਲ ਕੈਂਪ ਦੇ ਬੰਦੇ ਮੁੰਡੇ ਲਾ ਕੇ ਚੁੱਕੇ ਆ ਗਏ ਸਾਰੇ। ਸਤਿ ਸ਼੍ਰੀ ਅਕਾਲ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੰਦਰਜੀਤ ਸਿੰਘ ਖਾਲਸਾ, ਡਿਟੀ ਹੁਸ਼ਿਆਰਪੁਰ, ਪਿੰਡ ਹਰਸੀ ਪਿੰਡ ਟਾਂਡੇ ਰੋਡ ਮੁੜ ਦਾ ਰਹਿਣਾ ਭਾਈ ਸਾਹਿਬ ਜੀ। ਮੈਂ 1986 ਤੋਂ ਆਰਐਸਪੁਰਾ ਰੋਡ ਜੰਮੂ ਮੱਖਣ ਸਿੰਬਲ ਕੈਂਪ ਮੱਖਣਪੁਰ ਗੁਜਰਾਲਾ ਗਿਆਨੀ ਰਹਿ ਰਿਹਾ ਸੀ। ਮੈਂ ਇੱਥੇ ਗਿਆਨੀ ਤੇਜਾ ਸਿੰਘ ਲੜਕੀਆਂ ਮੈਰਿਜ ਕੀਤੀ ਭਾਈ ਸਾਹਿਬ ਜੀ। ਮੇਰਾ ਇੱਕ ਲੜਕਾ ਪ੍ਰਿਥੀਪਾਲ ਸਿੰਘ ਜੀ, ਜਿਹਨੇ ਜਸ਼ਕਰ ਜੌਹਰੀ ਨਿਸ਼ਾਰੇ ਪਿੰਡ ਭਰੇਰੀ ਸੰਤੋਖ ਸਿੰਘ ਲੜਕੀਆਂ ਮੈਰਿਜ ਕੀਤੀ ਹੈ ਭਾਈ ਸਾਹਿਬ ਜੀ। ਇਹ ਪਹਿਲੀ ਫੋਟੋ ਦੀ ਸਿੱਖ ਦੀ ਆ, ਦੂਜੀ ਫੋਟੋ ਜੋ ਸੁਣਤ ਕਰਕੇ ਮੁਸਲਮਾਨ ਬਣਾ ਕੇ ਜੇਲ੍ਹ 'ਚ ਠੋਕਿਆ ਗਿਆ ਉਦੋਂ ਦੀ ਭਾਈ ਸਾਹਿਬ ਜੀ। ਇਹ ਮੇਰੇ ਬੇਟੇ ਫੋਟੋ ਧਿਆਨ ਰੱਖਿਓ ਭਾਈ ਸਾਹਿਬ ਜੀ, ਇਹ ਪਹਿਲੀ ਸਿੱਖ ਦੀ ਆ ਭਾਈ ਜੀ। ਫੋਟੋ ਬੜੀਆਂ ਪੁਰਾਣੀਆਂ, ਮੇਰੇ ਤੋਂ ਫੋਟੋਆਂ ਨਹੀਂ ਇਹਦੀਆਂ, ਇਸ ਕਰਕੇ ਭਾਈ ਸਾਹਿਬ ਜੀ ਕਿਉਂਕਿ 16 ਸਾਲ ਤੋਂ ਮੈਨੂੰ ਉਹਨੇ ਮੇਰੇ ਬੱਚਿਆਂ ਨਾਲ ਮਿਲ ਨਹੀਂ ਦਿੱਤਾ ਇਹਨਾਂ ਨੇ ਭਾਈ ਸਾਹਿਬ ਜੀ। ਮੈਨੂੰ ਮੇਰੇ ਕਈ ਸੱਜਣ ਵੀਰ ਮੈਨੂੰ ਚੈਨਲ ਵਾਲੇ ਕਹਿੰਦੇ ਆਪਣਾ ਆਈਡੀ ਪਰੂਫ ਦਿਆ ਕਰ ਭਾਈ ਸਾਹਿਬ ਜੀ। ਮੇਰੇ ਤਾਂ ਆਈਡੀ ਪਰੂਫ ਸਿਰਫ ਮੇਰਾ ਵੋਟਰ ਕਾਰਡ ਆ ਪੰਜਾਬ ਦਾ, ਹੋਰ ਮੇਰੇ ਤੋਂ ਕੁਛ ਨਹੀਂ ਆ, ਕਿਉਂਕਿ ਮੇਰੇ ਸਾਰੇ ਮੈਂ ਆਧਾਰ ਕਾਰਡ ਬਣਨ ਵਾਸਤੇ ਦਿੱਤਾ ਇਹਨਾਂ ਨੂੰ ਬੜੀ ਵਾਰੀ। ਇੱਥੇ ਮੇਰਾ ਆਧਾਰ ਕਾਰਡ ਨਹੀਂ ਬਣ ਦਿੰਦੇ, ਇੱਥੇ ਤਾਂ ਹਿੰਦੂ ਕਹਿੰਦੇ ਇਹਨੂੰ ਬਿਲਕੁਲ ਆਈਡੀ ਪਰੂਫ ਨਾਲ ਕੋਈ ਬਣਾਉਂਦੇ ਹੋ, ਆਈਡੀ ਪਰੂਫ ਬਣਾ ਜਾਏਗਾ ਤਾਂ ਬੰਦੇ ਫਸ ਜਾਣਗੇ, ਇਹਨੂੰ ਆਈਡੀ ਪਰੂਫ ਨਾਲ ਬਣਾਉਂਦੇ ਹੋ। ਪਤਾ ਨਹੀਂ ਭਾਈ ਸਾਹਿਬ ਜੀ ਸਾਡੇ ਨਾਲ ਕੀ ਕਰਨਾ ਚਾਹੁੰਦੇ ਆ ਲੋਕ, ਕਿਉਂ ਨਹੀਂ ਗੱਲ ਕਰ ਦਿੰਦੇ ਆਈਡੀ ਪਰੂਫ, ਕਿਉਂ ਨਹੀਂ ਬਣਾ ਦਿੱਤਾ ਇਹਨਾਂ ਲੋਕਾਂ ਨੇ, ਇਹਨਾਂ ਕੀ ਕਰਨਾ ਜੀ। ਕਿਉਂਕਿ ਲੋਕ ਇਹ ਜਿਹੜੇ ਬੰਦੇ ਸੀ ਬਦਮਾਸ਼ ਪਾਰਟੀ ਸੀ, ਇਹ ਮੇਰੇ ਕੁੜਮ ਮੇਰੇ ਸਹੁਰੇ ਜਿਹੜੇ ਪਰਿਵਾਰ ਆ, ਮੇਰੇ ਸਾਲੀਆਂ ਸਾਂਢੂ, ਮੇਰੇ ਮਾਂ ਬਾਪ ਭੈਣਾਂ ਭਰਾ ਮਤਰੇ ਸੀ ਭਾਈ ਸਾਹਿਬ ਜੀ। ਮੇਰੇ ਮਾਂ ਬਾਪ ਭੈਣਾਂ ਭਰਾਵਾਂ ਨੇ ਰਲ ਕੇ, ਮੇਰੇ ਸਹੁਰਿਆਂ ਨੇ ਰਲ ਕੇ, ਇਹ ਇੱਥੇ ਦੇ ਹਿੰਦੂ ਆ, ਇਹਨਾਂ ਰਲ ਕੇ ਬਦਮਾਸ਼ ਪਾਰਟੀ ਕਿਉਂ ਮੇਰੇ ਬੱਚੇ ਦੀ ਸੁਣਤ ਕਰਾਈ ਭਾਈ ਸਾਹਿਬ ਜੀ। ਮੈਨੂੰ 16 ਸਾਲ ਤੋਂ ਇੱਥੇ ਭਾਈ ਸਾਹਿਬ ਜੀ ਮੀਰਾ ਸਾਹਿਬ ਮਾਰਕੀਟ ਆ ਆਰਐਸਪੁਰਾ ਰੋਡ 'ਤੇ ਜੰਮੂ ਸਤਵਾਰੀਓਂ ਆਰਐਸਪੁਰਾ ਰੋਡ ਆਉਂਦੀ ਆ, ਇੱਥੇ ਮੀਰਾ ਸਾਹਿਬ ਮਾਰਕੀਟ 'ਚ ਬੰਦ ਕੀਤਾ ਭਾਈ ਸਾਹਿਬ ਜੀ। ਇਹ ਮੈਂ 16 ਸਾਲ ਤੋਂ ਭਾਈ ਸਾਹਿਬ ਜੀ ਦੇਖੋ, ਇਹ ਛੋਟਾ ਜਿਹਾ ਕਾਊਂਟਰ ਆ ਕਿਹਦਾ, ਪਤਾ ਨਹੀਂ ਕਿਹਦਾ, ਕਿ ਚਾਹ ਚੂਹ ਵਾਲੇ ਦਾ ਕਿਹਦਾ ਆ। ਇਹ ਕਾਊਂਟਰ ਇਹਨਾਂ ਮੈਨੂੰ ਦਿੱਤਾ ਹੈ ਰਹਿਣ ਵਾਸਤੇ। ਇਹ ਦੇਖੋ, ਇੱਥੇ ਮੇਰੇ ਕੱਪੜੇ ਜਿਹੜਾ 'ਚ ਪਿਆ ਪੈਸਾ ਦੇਖੋ, ਇੱਥੇ ਮੇਰੇ ਕੋਲ ਪੈਸਾ ਬਿਸਤਰਾ ਕੋਈ ਨਹੀਂ ਹੈ। ਦੇਖੋ ਇਹ 2 ਚਾਦਰਾਂ ਮੇਰੇ ਕੋਲ, ਇਹ ਦੇਖੋ ਇਹਦੇ ਵਿੱਚ ਮੈਂ ਸੋਨਾ ਪੈਸਾ ਜੀ, 2 ਚਾਦਰਾਂ 'ਚ। ਇਹ ਤਾਂ ਮੈਨੂੰ ਇੰਨੀ ਠੰਡਾ ਬੁਰੀ ਹਾਲਤ ਆ ਮੇਰੀ ਭਾਈ ਸਾਹਿਬ ਜੀ, ਕੋਈ ਮੈਨੂੰ ਕੱਪੜਾ ਨਹੀਂ, ਲੀੜਾ ਨਹੀਂ। ਮੇਰੇ ਕੱਪੜੇ ਸਾਰੇ ਇੱਥੇ ਸਿੰਬਲ ਦੇ ਮੱਖਣ ਸਿੰਬਲ ਕੈਂਪ ਦੇ ਬੰਦੇ ਮੁੰਡੇ ਲਾ ਕੇ ਚੁੱਕੇ ਆ ਗਏ ਸਾਰੇ।